ਨਸ਼ਾ ਕਰਦਾ ਹੋਇਆ ਮੁੰਡਾ ਠੀਕ ਆ ਜਿਵੇਂ ਗੋਹੇ ਤੇ ਕੀੜਾ ਪਰ ਤੁਰਿਆ ਫਿਰਦਾ ਆ ਆ ਮੁੰਡਾ ਆ ਸਾਰਾ ਸਹੀ ਆ ਮੁੰਡਾ ਕਿਆ ਪੜ ਗਿਆ ਮੇਰੀ ਕੁੜੀ ਮਾਸ਼ਾਅੱਲਾ 14 ਪੜੀ ਮੈਂ 14 ਘੰਟੇ ਸਕੂਲ ਚ ਰਿਆ ਆ ਤੂੰ ਸਕੂਲੇ ਪਲਸਤਰ ਕਰਦਾ ਰਿਹਾ ਗੋਰ ਨਾ ਕੁੜੀ ਦੇਖ ਲੈ ਗੋਰ ਨਾ ਕੁੜੀ ਓਏ ਕਿਹੜੇ ਮੰਤਰ ਪੜੇ ਹੋ ਕੁੜੀ ਮੇਰੀ ਬੇਹੋਸ਼ ਕਰਤੀ ਹੋ ਮੇਰਾ ਹੁਸਨ ਵੇਖ ਕੇ ਬੇਹੋਸ਼ ਹੋ ਗਈ ਭਾਈ ਤੇਰੇ ਹੁਸਨ ਦੇ ਲਸ਼ਕਾਰੇ ਨੇ ਬੇਹੋਸ਼ ਕਰ ਦਿੱਤੀ ਹੋ ਦਾ ਆਪਣੀ ਕੁੜੀ ਵਿਖਾ ਕਿੱਥੇ ਆ ਕਿੱਥੇ ਆ ਕੁੜੀ ਵੀ ਦਿਖਾ ਦੇਣਾ ਕੁੜੀ ਤੇ ਹੋਣੀ ਕਿ ਵਰੀ ਤੇ ਹੋਣੀ ਵੀ ਹੈ ਮੈਂ ਸਬਰ ਕਰ ਲਿਆ ਮੈਂ ਮੁੰਡਾ ਹੈ ਮੁੰਡਾ ਹੀ ਓਏ ਹੈ ਮੁੰਡਾ ਇਹ ਤਾਂ ਮੇਰੇ ਤੋਂ 4 ਸਾਲ ਵੱਡਾ ਇਹਦਾ ਮੁੰਡਾ ਲੈ ਆਉਂਦਾ ਨਹੀਂ ਤਾਂ ਠੀਕ ਹੈ ਨਾ ਹਾਂਜੀ ਕੁੜੀ ਠੀਕ ਹੈ ਠੀਕ ਠਾਕ ਨਹੀਂ ਹੈ ਮਾਸ਼ਾਅੱਲਾ ਹੈਲਾ ਓਏ ਨਾ ਹੋਵੇ ਟਾਈਮ ਹੀ ਪਾਸ ਹੋਵੇ ਕੁੜੀ ਠੀਕ ਹੋਣੀ ਚਾਹੀਦੀ ਹੈਲਾ ਕੋ ਘਰ ਕਿੱਥੇ ਆ ਆ ਘਰ ਹੀ ਆਈ ਘਰ ਹੀ ਹਾਂਜੀ ਘਰ ਹੈ ਹੈ ਭਾਈਆ ਉਹ ਕੌਣ ਹੈ ਭਾਈ ਉਹ ਭਾਈਆ ਮੈਨੂੰ ਤਾਜੂ ਨੇ ਭੇਜਿਆ ਹੀ ਉਹਨੇ ਕਿਹਾ ਦੇਖ ਰਿਸ਼ਤੇ ਦੀ ਦੱਸ ਪਾਈ ਆਈ ਤੂੰ ਕੌਣ ਹਾਂ ਭਾਈਆ ਮੇਰਾ ਵਿਚੋਲਾ ਹੈ ਨਾ ਪੁੱਛ ਲੈਣ ਹੋਇਆ ਵਿਚੋਲਾ ਵਿਚੋਲਾ ਗੱਲ ਕਰ ਤੂੰ ਵਖਰਾ ਹੀ ਹਾਂ ਹਾਂ ਭਾਈ ਤਾਜੂ ਨੇ ਭੇਜਿਆ ਰਿਸ਼ਤੇ ਦੀ ਗੱਲ ਕਰਨ ਅੱਛਾ ਆ ਜਾਓ ਆ ਜਾਓ ਭਾਈਆ ਆ ਜਾ ਬੈਠ ਬੈਠ ਆ ਬਿਸਤਰਾ ਚੋ ਕੁੜੀ ਭਾਈ ਇੱਥੇ ਨਹੀਂ ਭਾਈ ਬਹਿਣਾ ਆ ਉੱਥੇ ਬਹਿਣਾ ਹੀ ਕਰੋਨਾ ਵਾਇਰਸ ਨਹੀਂ ਕਰੋਨਾ ਭਈਆ ਪਤਾ ਕੀ ਗੱਲ ਹੈ ਤੂੰ ਹੈ ਮੇਰਾ ਫਾਦਰ ਇਸ ਟਾਈਮ ਓਏ ਮੈਂ ਤੇਰਾ ਕਿਧਰੋਂ ਫਾਦਰ ਹੈ ਭਈਆ ਪਤਾ ਕੀ ਹੈ ਜਿਹੜੀ ਕੁੜੀ ਮੇਰੇ ਨਾਲ ਆਉਣੀ ਤੇ ਫਿਰ ਮੈਂ ਤੈਨੂੰ ਫਾਦਰ ਹੀ ਕਹਿਣਾ ਨਾ ਉਹ ਤੇਰੇ ਨਾਲ ਆਉਣੀ ਤੂੰ ਕੁੜੀ ਮੁੰਡੇ ਦਾ ਪਿਓ ਨਹੀਂਗਾ ਓ ਯਾਰ ਮੈਂ ਕੋਈ ਤੈਨੂੰ ਪਾਦਰੀ ਨਹੀਂ ਕਹਿੰਦੇ ਆ ਕੁੜੀ ਦਾ ਪਿਓ ਨਹੀਂ ਹੈ ਤੂੰ ਓ ਮੈਂ ਤੇ ਕੁੜੀ ਦਾ ਪਿਓ ਤੂੰ ਮੁੰਡੇ ਦਾ ਪਿਓ ਨਹੀਂ ਓ ਭਈਆ ਇਹ ਮੁੰਡਾ ਹੀ ਓਏ ਮੁੰਡਾ ਹੈ ਮੁੰਡਾ ਹੀ ਓਏ ਆ ਮੁੰਡਾ ਇਹ ਤਾਂ ਮੇਰੇ ਤੋਂ 4 ਸਾਲ ਵੱਡਾ ਜਿਹੜਾ ਮੁੰਡਾ ਲੈ ਆਉਂਦਾ ਓਏ ਮੁੰਡਾ ਇੱਥੇ ਬੈਠੋ ਬੈਠੋ ਉਹ ਬੈ ਗੱਲ ਕਰ ਲੈ ਮਾਰ ਕੇ ਨਸ ਨਹੀਂ ਮੈਂ ਮਾਰ ਕੇ ਭਜਦਾ ਮੈਂ ਤੈਨੂੰ ਦੱਸਿਆ ਮੁੰਡਾ ਆਪਣੀ ਕੁੜੀ ਵਿਖਾ ਕਿੱਥੇ ਆ ਕਿੱਥੇ ਆ ਕੁੜੀ ਵੀ ਦਿਖਾ ਦੇਣਾ ਕੁੜੀ ਤਾਂ ਹੋਣੀ ਕਿ ਵਰੀ ਤਾਂ ਹੋਣੀ ਨੂੰ ਖੈਰ ਸਬਰ ਕਰ ਲੈ ਇਦਾਂ ਸਬਰ ਇੰਨਾ ਸਬਰ ਕੋਈ ਨਹੀਂ ਹੈ ਕੁੜੀ ਵਿਖਾ ਆਪਣੀ ਅੱਛਾ ਪਹਿਲਾਂ ਗੱਲਾਂ ਦੋ ਕਰ ਲਈਏ ਨਾ ਹਾਂ ਦੱਸੋ ਤੇ ਤੁਸੀਂ ਕਿੰਨਾ ਪੜ੍ਹੇ ਹੋ ਕਿੰਨਾ ਪੜ੍ਹੇ ਹੋ ਤੇਰੀ ਕੁੜੀ ਕਿੰਨੀਆਂ ਪੜ੍ਹ ਗਈ ਆ ਮੇਰੀ ਕੁੜੀ ਮਾਸ਼ਾਅੱਲਾ 14 ਪੜ੍ਹੀ ਮੈਂ 14 ਘੰਟੇ ਸਕੂਲ 'ਚ ਰਿਹਾ ਹਾਂ ਤੂੰ ਸਕੂਲੇ ਪਲਸਤਰ ਕਰਦਾ ਰਿਹਾ ਨਹੀਂ ਉਹ ਕੰਨ ਫੜਾ ਦਿੰਦੇ ਸੀ ਯਾਰ ਬਾਰ ਬਾਰ ਮੈਂ ਛੱਡ ਕੇ ਆ ਗਿਆ ਮੈਂ 14 ਘੰਟੇ ਮਸਾਂ ਹੀ ਕੱਢੇ ਤੇਰੀ ਕੁੜੀ ਨੇ 14 ਸਾਲ ਕਿਤਾ ਕੋਈ ਰੋਲਾ ਤਾਂ ਕਾਹੀ ਨਹੀਂ ਹੋ ਮੈਨੂੰ ਰੋਲਾ ਤਾਂ ਕਾਹੀ ਨਹੀਂ ਕਾਹਦਾ ਰੋਲਾ ਭਾਈ ਸਦੀਸ ਹੀ ਹੋ ਗਿਆ ਸੀ ਆ ਵੀ 14 ਸਾਲ ਹੋਏ ਸਕੂਲ ਦੇ ਵਿੱਚ ਇਹ ਕਿਹੜੀ ਗੱਲ ਭਾਈ ਪੜਦੀ ਉਹ ਕਿੱਦਾਂ ਦਾ ਪਿਓ ਤੂੰ 14 ਸਾਲ ਕਰੋ ਨੱਸ ਕੇ ਨਹੀਂ ਗਈ ਸਕੂਲੇ ਗਈ ਸੀਗੀ ਅੱਛਾ ਤੇ ਦੱਸ ਹੁਣ ਰੋਟੀ ਸੋਟੀ ਖਾ ਕੇ ਆਏ ਨਾ ਹਾਂ ਵੇਖਣੀ ਆ ਥੋੜ੍ਹੀ ਜਿਹੀ ਰੋਟੀ ਖਾਧੀ ਹੈ ਨਾ ਹਾਂ ਨਾ ਤੇ ਮੇਰੇ ਲਈ ਨਹੀਂ ਲਿਆਂਦੀ ਤੂੰ ਬੋਤਲ ਗਾਈ ਨਹੀਂ ਮੰਗਵਾਉਣੀ ਮੁੰਡਾ ਆਇਆ ਏ ਉਹ ਮੁੰਡਾ ਆਇਆ ਵਾ ਤੂੰ ਪਹਿਲਾਂ ਹੀ ਮੁੰਡਾ ਬਣ ਗਿਆ ਹੈ ਮੁੰਡਾ ਮੇਰਾ ਕੋਈ ਨਹੀਂ ਮੁੰਡਾ ਤੂੰ ਅਜੇ ਤਾਂ ਰਿਸ਼ਤਾ ਦੇਖਣ ਆਇਆ ਨੂੰ ਉਹ ਯਾਰ ਉਹਨੂੰ ਜਿੱਦਾਂ ਵੀ ਹੋਵੇ ਮੈਨੂੰ ਬਣਾ ਲਾ ਮੈਨੂੰ ਬਣਾ ਲਾ ਹਾਂ ਜ਼ਬਰਦਸਤੀ ਦਾ ਦਿਮਾਗ ਲਿਆਂਦਾ ਜੀ ਉਹਨੂੰ ਮੈਂ ਤਾਜੂ ਨੂੰ ਕਿਹਾ ਸੀ ਕੋਈ ਚੰਗਾ ਆ ਮੁੰਡਾ ਤਾਜੂ ਨੇ ਭੇਜਿਆ ਏ ਉਹ ਤਾਜੂ ਨੇ ਆਪਣੇ ਵਰਗਾ ਪਾਥੀ ਵਰਗਾ ਮੁੰਡਾ ਭੇਜਤਾ ਭਾਈ ਪਤਾ ਕੀ ਕੁੜੀ ਵਿਖਾ ਦੇ ਬਰ ਬਰ ਯਾਰ ਏਡਾ ਕਾਲਾ ਕੁੜੀ ਨੂੰ ਇਹ ਕੁੜੀਏ ਇੱਧਰ ਆ ਜ਼ਰਾ ਮੁੰਡਾ ਦੇਖ ਲਾ ਆਖਰੀ ਵਾਰੀ ਦੇਖ ਲਾ ਇਹਨੂੰ ਬਹਿ ਕੇ ਵੇਖ ਤੂੰ ਭਾਈ ਤੂੰ ਵੀ ਏਡੀ ਫਰੀ ਹੋਣੀ ਬਹਿ ਕੇ ਹੈ ਮੁੰਡਾ ਗੌਰ ਨਾ ਕੁੜੀ ਦੇਖ ਲਾ ਗੌਰ ਨਾ ਕੁੜੀਏ ਕਿਹੜੇ ਮੰਤਰ ਪੜੇ ਹੀ ਹੋ ਕੁੜੀ ਮੇਰੀ ਬੇਹੋਸ਼ ਕਰਤੀ ਹੋ ਮੇਰਾ ਹੁਸਨ ਵੇਖ ਕੇ ਬੇਹੋਸ਼ ਹੋ ਗਈ ਭਾਈ ਉਹ ਤੇਰੇ ਹੁਸਨ ਦੇ ਨਸ਼ਕਾਰੇ ਨੂੰ ਬੇਹੋਸ਼ ਕਰ ਦਿੱਤੀ ਓਏ ਉਹ ਬਹਿ ਜਾ ਭਾਈ ਉਹ ਕਿੱਥੋਂ ਲੈ ਆਂਦਾ ਇਹ ਓਏ ਯਾਰ ਬਹਿ ਜਾ ਭਾਈ ਐਡੀ ਕੋਈ ਗੱਲ ਨਹੀਂ ਮੇਰਾ ਹੁਸਨ ਹੀ ਬੜਾ ਯਾਰ ਕੁੜੀਆਂ ਦੇਖ ਕੇ ਬੇਹੋਸ਼ ਹੋ ਜਾਂਦੀ ਓਏ ਨਸ਼ਾ ਕਰਦਾ ਇਹ ਨੂੰ ਸਿਗਰ ਫੜੀ ਫਿਰਦਾ ਅੱਜ ਨਹੀਂ ਯਾਰ ਤਾਜੀ ਨੇ ਭੇਜਿਆ ਪਤਾ ਨਹੀਂ ਕਿੱਦਾਂ ਦਾ ਬੰਦਾ ਭੇਜ ਦਿੱਤਾ ਇਹਨੇ ਯਾਰ ਓਏ ਉਹੋ ਜਿਹਾ ਤੂੰ ਵਿਚੋਲਾ ਮੁੰਡਾ ਦੇਖ ਕੇ ਲੈਣਾ ਸੀਗਾ ਮੈਨੂੰ ਕੀ ਪਤਾ ਸੀ ਨਸ਼ਾ ਕਰਦਾ ਓਏ ਮੁੰਡਾ ਠੀਕ ਆ ਜਿਵੇਂ ਗੋਏ ਤੇ ਕੀੜਾ ਪਰ ਤੁਰਿਆ ਫਿਰਦਾ ਜਾ ਆ ਮੁੰਡਾ ਆ ਸਾਰਾ ਸਹੀ ਹੈ ਮੁੰਡਾ ਇੰਨਿਆਂ ਨੇ ਪਸੰਦ ਕੀਤਾ ਤੁਹਾਨੂੰ ਕਹਿ ਰਿਹਾ ਤੁਹਾਨੂੰ ਕਹਿ ਰਿਹਾ ਸਾਨੂੰ ਤਾਂ ਕਿਸਾ ਓਏ ਤੇ ਵਿਚੋਲਾ ਨੂੰ ਮੈਂ ਕਿਉਂ ਕਵਾਂ ਬਈ ਹਾਂ ਵੀ ਹੈਗੀ ਆ ਹੈਗੀ ਵੀ ਆ ਉਹ ਤੂੰ ਫੇਰ ਨਾ ਜਿਹੜੀ ਹੈ 2-4 ਸਾਲ ਉਹ ਵੀ ਨਾ ਮਕਾ ਲਈ ਉਹਦੇ ਪਾਣੀ ਲਿਆਓ ਕੋਈ ਕੁੜੀ ਵਾਸਤੇ ਕੁੜੀਏ ਹੋਸ਼ ਕਰ ਕੁੜੀ ਹੋਸ਼ ਹੋਸ਼ ਬਾਅਦ ਚ ਕਰ ਕੁੜੀ ਠੀਕ ਹੈ ਇਹ ਬੇਹੋਸ਼ ਹੋ ਗਈ ਕੋਈ ਗੱਲ ਹੈ ਵਿੱਚ ਉਹ ਤੈਨੂੰ ਦੇਖ ਕੇ ਬੇਹੋਸ਼ ਹੋਈ ਓਏ ਡਾਇਨਾਸੌਰ ਦੇ ਬੱਚੇ ਤੈਨੂੰ ਮੈਨੂੰ ਦੇਖ ਕੇ ਜੋ ਬੇਹੋਸ਼ ਹੋਈ ਹੈ ਯਾਰ ਮੈਂ ਤੇ ਮੁੰਡਾ ਹੀ ਬੜਾ ਸੋਹਣਾ ਮੇਰੇ ਵੱਲ ਵੇਖ ਕੇ ਬੇਹੋਸ਼ ਹੋ ਗਈ ਹੈ ਜੇ ਇਹ ਸੋਹਣਾ ਵਾ ਤੇ ਸੋਹਣੇ ਕਿੱਦਾਂ ਦੇ ਹੋਣੇ ਵੀ ਸੋਹਣੇ ਦੀ ਗੱਲ ਚੱਲਦੇ ਤੈਨੂੰ ਪਤਾ ਕਹੀ ਨਹੀਂ ਕੁੜੀ ਦਾ ਮੈਂ ਕਿਦਾਂ ਨੂੰ ਹੋਸ਼ ਯਾਰ ਮੈਂ ਇਹਨੂੰ ਹੋਸ਼ 'ਚ ਲਿਆਵਾਂ ਓਏ ਆ ਵੇਖ ਤੂੰ ਉਹ ਨਿਕਲ ਭਾਈ ਤੂੰ ਥੋੜ੍ਹੀ ਜਿਹੀ ਹੋਸ਼ ਦਵਾ ਲੈਣ ਦੇ ਬੜਾ ਮਜ਼ਾ ਆਏਗਾ
ਤੂੰ ਹੋਸ਼ ਤੋਂ ਨਹੀਂ ਕਿ ਲੇਸ ਲੈ ਕੇ ਦੇਣੀ ਮਜ਼ਾ ਆਏ ਮੈਂ ਲਸ਼ਕਾਰਾ ਪੈਣਾ ਨੇ ਉੱਠ ਕੇ ਬਹਿ ਜਾਣਾ ਉਹ ਤੇਰੇ ਲਸ਼ਕਾਰੇ ਨਾਲ ਬੇਹੋਸ਼ ਹੋਈ ਆ ਹੋਸ਼ ਕਰ ਉਹ ਮੈਂ ਨਹੀਂ ਤੈਨੂੰ ਇਹ ਸਜ਼ਾ ਦਿੰਦਾ ਮੈਂ ਤਾਂ ਗਲਤੀ ਹੋ ਬਾਈ ਸਜ਼ਾ ਨਹੀਂ ਇਹ ਗਾਰਾ ਲਈ ਮੇਰੀ ਤਮੀਜ਼ ਨਾ ਲਓ ਉਹ ਤੇਰੀ ਕਿਧਰੋਂ ਘਰ ਵਾਲੀ ਹੋ ਗਈ ਇਹ ਮੇਰੀ ਕੁੜੀ ਹੈ ਭਾਈ ਤੇਰਾ ਵਿਆਹ ਨਹੀਂ ਹੋਇਆ ਪਹਿਲਾਂ ਹੀ ਤੂੰ ਯਕਦਮ ਦਿਮਾਗ ਬਣ ਗਿਆ ਤੂੰ ਭਾਈ ਜਿੱਦ ਤੂੰ ਬਾਹਰ ਆ ਗਿਆ ਨਾ ਫਿਰ ਅੱਧੇ ਘਰ ਵਾਲਾ ਮੈਂ ਹੋ ਗਿਆ ਉਹ ਮੇਰਾ ਖੁੱਸਾ ਤਾਂ ਫੜਾਈ ਨਾ ਤੇਰਾ ਮੈਂ ਪੂਰੇ ਕਰਾਂ ਭਾਈ ਐਡੀ ਗੱਲ ਕੋਈ ਹਾਂ ਗੱਲ ਕੋਈ ਨਹੀਂ ਹੈ ਕੋਈ ਨਹੀਂ ਯਾਰ ਮੰਨ ਲਾ ਹੁਣ ਠੀਕ ਹੈ ਉਹ ਕੀ ਮੰਨ ਲਾ ਮੰਨ ਲਾ ਦਿਮਾਗ ਹੈ ਸੁੱਕੀ ਦਵਾ ਤੇਰੇ ਕਾ ਤੇਰਾ ਮੂੰਹ ਆ ਦਿਮਾਗ ਚਲੋ ਦਵਾ ਦੇ ਵਿੱਚ ਪਾਣੀ ਪਾ ਲਵਾਂਗੇ ਚੱਲ ਮੰਨ ਲਾ ਹੋਊਗੀ ਜ਼ਿੰਦਾ ਤਾਂ ਫਿਰ ਹੀ ਮੰਨਾਂਗਾ ਕੁਛ ਉਹ ਇਹਨੇ ਹੁਣੇ ਜਾਗ ਪੈਣਾ ਆ ਮੈਨੂੰ ਪਤਾ ਹੈ ਕਿਉਂ ਬੇਹੋਸ਼ ਹੋਈ ਹੈ ਕਿਉਂ ਹੋਈ ਇਹਨੂੰ ਕਹੀ ਨਾ ਖੱਟੀ ਚੀਜ਼ ਖਾਣ ਨੂੰ ਦਿਲ ਕਰਦਾ ਹੁਣ ਵਿਆਹ ਨਹੀਂ ਹੋਇਆ ਖੱਟੀ ਚੀਜ਼ ਖਾਣ ਨੂੰ ਪਹਿਲਾਂ ਦਿਲ ਕਰਨ ਲੱਗ ਪਿਆ ਇਹਦਾ ਬਾਪ ਚੱਲ ਹੋਰ ਸ਼ਿਕਾਰ ਹੁਣ ਉੱਠ ਗਈ ਹੈਗੇ ਸਾਹ ਦੋ ਚਾਰ ਕੀ ਹੋਇਆ ਸੀ ਕੁੜੀ ਰਿਸ਼ਤੇ ਦਾ ਮਰਨ ਤੋਂ ਬਾਅਦ ਹੁੰਦੇ ਮੈਂ ਤੈਨੂੰ ਰਿਸ਼ਤਾ ਨੀਗਾ ਇਹ ਜੇ ਨਵਾਂ ਚੱਲ ਭਾਈ ਨਿਕਲ ਸ਼ੁਰੂ ਕਰਾਂ ਰਿਸ਼ਤਾ ਨਿਕਲ ਚਲੋ ਵਿਚੋਲਿਆ ਤੁਹਾਨੂੰ ਇੱਦਾਂ ਲੱਗ